ਮੁੰਡਿਆਂ ਦੀ ਲੜਾਈ ਦੀਆਂ ਇਹ ਤਸਵੀਰਾਂ ਦੁਬਈ ਦੀਆਂ ਨੇ, ਜਿੱਥੇ ਆਪਸ ਦੇ ਵਿੱਚ ਭਿੜਦੇ ਹੋਏ ਇਹ ਮੁੰਡੇ ਪਹਿਲਾਂ ਤਾਂ ਹੱਥੋਂ ਪਾਈ ਕਰਦੇ ਨੇ ਤੇ ਫਿਰ ਹਥਿਆਰ ਕੱਢ ਕੇ ਲੈ ਆਉਂਦੇ ਨੇ ਤੇ ਇੱਕ ਦੂਜੇ ਤੇ ਵਾਰ ਕਰਨਾ ਸ਼ੁਰੂ ਕਰ ਦਿੰਦੇ ਨੇ। ਪਰ ਇਸ ਲੜਾਈ ਦੇ ਵਿੱਚ ਇੱਕ ਅਜਿਹੇ ਨੌਜਵਾਨ ਦਾ ਕਤਲ ਹੋ ਗਿਆ ਜੋ ਕਿ ਸਿਰਫ ਲੜਾਈ ਨੂੰ ਛੁਡਾਉਣ ਲਈ ਆਇਆ ਸੀ। ਦਰਅਸਲ ਇੱਥੇ ਕੁਝ ਮੁੰਡੇ ਲੜ ਰਹੇ ਸਨ ਤਾਂ ਪੰਕਜ ਇਹਨਾਂ ਨੂੰ ਛੁਡਾਉਣ ਦੇ ਲਈ ਆਇਆ, ਪਰ ਉਹੀ ਇਸ ਲੜਾਈ ਦਾ ਸ਼ਿਕਾਰ ਹੋ ਗਿਆ ਤੇ ਉਸਨੂੰ ਦਾਤਰ ਮਾਰ ਕੇ ਉਸਦਾ ਕਤਲ ਕਰ ਦਿੱਤਾ ਗਿਆ। ਜਦੋਂ ਇਹ ਖਬਰ ਪੰਕਜ ਦੇ ਪਰਿਵਾਰ ਤੱਕ ਪਹੁੰਚੀ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਉਹਨਾਂ ਦਾ ਜਵਾਨ ਪੁੱਤ ਬਾਹਰ ਇੱਕ ਲੜਾਈ ਛੁਡਾਉਂਦਿਆਂ ਹੋਇਆ ਮੌਤ ਦੇ ਮੂੰਹ 'ਚ ਚਲਾ ਗਿਆ ਹੈ। ਜਦੋਂ ਪਰਿਵਾਰ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਪੁੱਤ ਦਾ ਕਤਲ ਹੋਇਆ ਹੈ ਤਾਂ ਉਹਨਾਂ ਦੇ ਵੱਲੋਂ ਇਨਸਾਫ ਦੀ ਮੰਗ ਵੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਪੰਕਜ ਜੋ ਕਿ ਜਲੰਧਰ ਦਾ ਰਹਿਣ ਵਾਲਾ ਹੈ ਤੇ 15 ਸਾਲ ਪਹਿਲਾਂ ਦੁਬਈ ਗਿਆ ਸੀ ਆਪਣੇ ਚੰਗੇ ਭਵਿੱਖ ਲਈ। ਮਾਂ ਬਾਪ ਵੀ ਖੁਸ਼ ਸਨ, ਪਰ ਉਹਨਾਂ ਨੂੰ ਕੀ ਪਤਾ ਸੀ ਕਿ ਉੱਥੇ ਉਹਨਾਂ ਦੇ ਪੁੱਤ ਦੇ ਨਾਲ ਕੁਝ ਅਜਿਹਾ ਵੀ ਹੋ ਸਕਦਾ ਹੈ ਕਿ ਉਹਨੇ ਕਦੀ ਮੁੜ ਕੇ ਵਾਪਸ ਨਹੀਂ ਆਉਣਾ। ਪੰਕਜ ਦੇ ਸਾਹਮਣੇ ਹੀ ਉਸਦੇ ਕੁਝ ਦੋਸਤ ਤੇ ਹੋਰ ਮੁੰਡੇ ਆਪਸ ਵਿੱਚ ਲੜ ਰਹੇ ਸਨ। ਪੰਕਜ ਉਹਨਾਂ ਦੀ ਲੜਾਈ ਨੂੰ ਛੁਡਾਉਣਾ ਚਾਹੁੰਦਾ ਸੀ ਤੇ ਜਦੋਂ ਉਹ ਛੁਡਾਉਣ ਲਈ ਉਸ ਲੜਾਈ ਦੇ ਵਿੱਚ ਉਤਰਿਆ ਤਾਂ ਉਸਨੂੰ ਹੀ ਦਾਤਰ ਮਾਰ ਦਿੱਤੀ ਗਈ, ਕਤਲ ਕਰ ਦਿੱਤਾ ਗਿਆ। ਹੁਣ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਉਹ ਲਗਾਤਾਰ ਮੰਗ ਕਰ ਰਹੇ ਨੇ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਏ, ਪੰਜਾਬ ਲਿਆਂਦਾ ਜਾਏ ਤਾਂ ਜੋ ਆਪਣੇ ਰੀਤੀ ਰਿਵਾਜ਼ਾਂ ਦੇ ਨਾਲ ਆਪਣੇ ਪੁੱਤ ਦਾ ਅੰਤਮ ਸੰਸਕਾਰ ਕਰ ਸਕਣ ਤੇ ਉਸਦਾ ਚਿਹਰਾ ਆਖਰੀ ਵਾਰ ਦੇਖ ਸਕਣ। ਲੜਾਈ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ, ਜੋ ਕਿ ਦੁਬਈ ਦੇ ਵਿੱਚ ਇਹ ਵਿਦਿਆਰਥੀ ਨੇ ਜੋ ਆਪਸ ਦੇ ਵਿੱਚ ਲੜ ਰਹੇ ਨੇ ਤੇ ਇਸੇ ਲੜਾਈ ਦੇ ਵਿੱਚ ਹੀ ਪੰਕਜ ਆਇਆ ਸੀ ਇਸ ਲੜਾਈ ਨੂੰ ਛੁਡਾਉਣ ਦੇ ਲਈ, ਪਰ ਉਸਨੂੰ ਹੀ ਕਤਲ ਕਰ ਦਿੱਤਾ ਗਿਆ। ਫਿਲਹਾਲ ਹੁਣ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ।